ਉਮੀਦ ਹੈ ਸੰਗਰੂਰ ਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਮਿਲ ਰਹੇ ਨੇ। ਵੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਸੰਗਰੂਰ ਦੀਆਂ ਮੰਡੀਆਂ 'ਚ ਕਿਸਾਨਾਂ ਨੂੰ ਮਿਲ ਰਹੇ ਹੋ ਕਿਸ ਤਰੀਕੇ ਨਾਲ? ਦੇਖੋ ਜੀ, ਇਕੱਲਾ ਐਤਕੀ ਨਹੀਂ, ਕਿਉਂਕਿ ਮੇਰਾ ਪਹਿਲਾਂ ਹਲਕਾ ਇਕੱਲਾ ਬਰਨਾਲਾ ਸੀ। ਮੈਂ ਹਰ ਸਾਲ ਦੋਨੋਂ ਸੀਜ਼ਨ ਦੇ ਵਿੱਚ ਮੰਡੀਆਂ ਦਾ ਦੌਰਾ ਕਰਦਾ, ਜਦੋਂ ਓਪੋਜੀਸ਼ਨ ਦਾ MLA ਸੀ ਉਦੋਂ ਵੀ ਕਰਦਾ ਸੀ, ਅਤੇ ਜੇ ਕੋਈ ਸਮੱਸਿਆ ਹੁੰਦੀ ਹੈ ਕੋਈ ਸਾਡੇ ਲੈਵਲ 'ਤੇ ਹੱਲ ਹੋਣ ਵਾਲੀ ਹੁੰਦੀ ਹੈ ਉਹਨਾਂ ਦੀ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਵੀ ਮੈਂ ਸੰਗਰੂਰ ਦੀਆਂ ਮੰਡੀਆਂ ਦੇ ਵਿੱਚ ਆਇਆ, ਕਿਸਾਨਾਂ ਨੂੰ ਮਿਲਿਆ, ਆੜ੍ਹਤੀਆਂ ਨੂੰ ਮਿਲਿਆ। ਸਮੂਥਲੀ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ। ਜੇ ਕਿਤੇ ਕੋਈ ਪਰੇਸ਼ਾਨੀ ਆਉਂਦੀ ਹੈ ਉਹਨੂੰ ਠੀਕ ਕਰਾਉਣ ਦੀ ਕੋਸ਼ਿਸ਼ ਅਸੀਂ ਕਰਦੇ ਹਾਂ ਮੌਕੇ। ਸੰਗਰੂਰ ਦੀਆਂ ਮੰਡੀਆਂ 'ਚ ਆਇਆ ਤਾਂ ਮੰਡੀ ਨੂੰ ਲੈ ਕੇ ਤੁਹਾਨੂੰ ਕੀ ਦਿੱਕਤਾਂ ਲੱਗੀਆਂ ਨੇ? ਕਿਉਂਕਿ ਲਗਾਤਾਰ ਜਿਹੜੀ ਸੰਗਰੂਰ ਦੀ ਅਨਾਜ ਮੰਡੀ ਹੈ ਇਹਨੂੰ ਵੱਡੀ ਕਰਨ ਦੀ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਆ, ਤਾਂ ਹੁਣ ਕਿਸਾਨਾਂ ਨੂੰ ਮਿਲਿਓ, ਕੀ ਮੁਸ਼ਕਲਾਂ ਤੁਹਾਨੂੰ ਦੱਸਿਆ ਨੇ ਕਿਸਾਨਾਂ? ਵੱਡੀ ਮੈਂ ਕਹੂੰਗਾ ਤ੍ਰਾਸਦੀ ਹੋਈ ਹੈ ਕਿ ਐਡੇ ਐਡੇ ਲੀਡਰ ਸੰਗਰੂਰ 'ਚ ਜਿਹੜੇ ਆ ਉਹ ਰਹਿ ਗਏ, ਪਰ ਹਜੇ ਤੱਕ ਸੰਗਰੂਰ ਕੋਲ ਜਿਹੜੀ ਅਨਾਜ ਮੰਡੀ ਤੁਸੀਂ ਦੇਖੋ ਵੀ ਨਿਗਾਹ ਮਾਰੋ ਏਡੀ ਕੈ ਵੱਡੀ ਅਨਾਜ ਮੰਡੀ ਉਹ ਹੈ ਨਹੀਂ। ਡਿਸਟ੍ਰਿਕਟ ਹੈੱਡਕੁਆਰਟਰ ਹੈ, ਵੱਡਾ ਜ਼ਿਲ੍ਹਾ, ਘੱਟੋ ਘੱਟ ਇੱਥੇ 100 ਏਕੜ ਦੀ ਜਿਹੜੀ ਅਨਾਜ ਮੰਡੀ ਆ ਉਹ ਚਾਹੀਦੀ ਸੀ। ਸੋ ਮੈਂ CM ਸਾਹਿਬ ਨਾਲ ਵੀ ਗੱਲ ਕੀਤੀ ਹੈ ਅਤੇ ਮੇਰਾ ਸੰਗਰੂਰ ਦੇ ਲੋਕਾਂ ਦੇ ਨਾਲ ਵਾਅਦਾ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ, ਕਿਉਂਕਿ 3 ਸਾਲ ਸਰਕਾਰ ਦੇ ਪਿਆ, ਮੈਂ ਕਿਹਾ ਵੀ ਸਰਕਾਰ ਦੁਆਰਾ ਵੀ ਲੋਕ ਪੰਜਾਬ ਦੇ ਬਣਾਉਣਗੇ ਭਗਵੰਤ ਮਾਨ ਜੀ ਦੀ, ਪਰ ਆ ਸਰਕਾਰ ਦੇ ਵਿੱਚ ਜਿਹੜੀ ਸੰਗਰੂਰ ਨੂੰ ਘੱਟੋ ਘੱਟ 100 ਏਕੜ ਜਿਹੜੀ ਅਨਾਜ ਮੰਡੀ ਹੈ ਉਹ ਮਿਲੂਗੀ, ਇਹ ਮੇਰਾ ਵਾਅਦਾ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ। ਸੁਖਪਾਲ ਸਿੰਘ ਖਹਿਰਾ ਜਦੋਂ ਸੰਗਰੂਰ ਦੇ ਵਿੱਚ ਆਏ ਤਾਂ ਕਿਤੇ ਨਾ ਕਿਤੇ ਇੱਕ ਵਾਰ ਮੀਟਿੰਗਾਂ ਸਾਰੀਆਂ ਹੋ ਗਈਆਂ ਸੀ, ਸੈਟਿੰਗ ਹੋ ਗਈ ਸੀ, ਪਰ ਕੱਲ੍ਹ ਲਹਿਰੇ ਗਾਗੇ ਦੇ ਵਿੱਚ ਅਲੱਗ ਅਲੱਗ ਪ੍ਰੋਗਰਾਮ ਦਲਵੀਰ ਗੋਲਡੀ ਦੇ ਵੱਲੋਂ ਅਲੱਗ ਜਗ੍ਹਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਤਾਂ ਬੀਬੀ ਭੱਠਲ ਦੇ ਘਰ ਸੁਖਪਾਲ ਸਿੰਘ ਖਹਿਰਾ ਗਏ ਨੇ, ਪੋਸਟਰਾਂ ਦੇ ਉੱਪਰ ਵੀ ਇੱਕ ਦੂਜੇ ਦੀਆਂ ਫੋਟੋ ਨਹੀਂ ਲੱਗੀਆਂ, ਕੀ ਕਹੋਗੇ? ਦੇਖੋ, ਹੱਥ 'ਚ ਹੱਥ ਪਾ ਕੇ ਬਾਹਾਂ ਖੜੀਆਂ ਕਰਨ ਦੇ ਨਾਲ ਸੈਟਿੰਗ ਨਹੀਂ ਹੋ ਜਾਂਦੀ, ਦਿਲ ਨਹੀਂ ਮਿਲ ਜਾਂਦੇ। ਜੇ ਆਪਸ ਵਿੱਚ ਚਲੋ ਇਹ ਫਰਜ਼ ਕਰ ਲਓ ਇਕੱਠੇ ਹੋ ਵੀ ਗਏ ਤਾਂ ਲੋਕਾਂ ਨੂੰ ਕਿਵੇਂ ਇਕੱਠੇ ਕਰਨਗੇ? ਕਿ ਦੁਆਬੇ ਵਾਲੇ ਬੰਦੇ ਦੇ ਲਈ ਸੰਗਰੂਰ ਵਾਲੇ ਕੀ ਕਹਿਣਗੇ? ਸਿੰਗਲਾ ਸਾਹਿਬ ਕੀ ਕਹਿਣਗੇ ਵੀ ਭਾਈ ਕੱਲ੍ਹ ਨੂੰ ਆਪਾਂ ਜਾ ਕੇ ਸੰਗਰੂਰ ਵਾਲੇ ਕਿੱਥੋਂ ਲੱਭਾਂਗੇ ਉਹਨਾਂ ਨੂੰ? ਭੱਠਲ ਬੀਬਾ ਜੀ ਕੀ ਕਹਿਣਗੇ ਪਿੰਡ ਵਾਲਿਆਂ ਨੂੰ ਵੀ ਭਾਈ ਆਪਾਂ ਕਿੱਥੇ ਖਹਿਰਾ ਸਾਹਿਬ ਕੋਲ ਚੰਡੀਗੜ੍ਹ ਜਾਇਆ ਕਰਾਂਗੇ, ਭਲੱਥ ਜਾਇਆ ਕਰਾਂਗੇ? ਸੋ ਇਹ ਸੰਗਰੂਰ ਵਾਲੇ ਆ, ਬਾਹਰਲੇ ਬੰਦੇ ਨੂੰ ਸੰਗਰੂਰ ਵਾਲੇ ਕਿਸੇ ਹੱਦ 'ਚ ਜਿਹੜਾ ਉਹ ਨਾ ਸਾਥ ਦੇਣਗੇ, ਨਾ ਨਾਲ ਚੱਲਣਗੇ, ਨਾ ਚੁਣਨਗੇ। ਅਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਰਕਾਰ ਨੇ ਜਿਹੜੇ ਕੰਮ ਹੈ ਉਹ ਤਾਂ ਕੀਤੇ ਹੈ, ਉਸ ਤੋਂ ਇਲਾਵਾ ਵੀ ਲੋਕ ਜਿਹੜੇ ਆ ਉਹ ਆਪਣਾ ਲੋਕਲ ਬੰਦਾ ਜਿਹੜਾ ਉਹ ਚਾਹੁੰਦੇ ਆ ਵੀ ਭਾਈ ਜਿਹੜਾ ਇੱਥੋਂ ਦਾ ਰਹਿਣ ਵਾਲਾ ਹੋਵੇ, ਘੱਟੋ ਘੱਟ ਜਿਹਦੀ ਕੱਲ੍ਹ ਨੂੰ ਜਾ ਕੇ ਬਾਂਹ ਦਾ ਫੜ ਸਕੀਏ, ਜਿਹਨੂੰ ਕੱਲ੍ਹ ਨੂੰ ਜਾ ਕੇ ਮਿਲਤਾ ਸਕੀਏ। ਸੋ ਮੈਨੂੰ ਪੂਰਨ ਉਮੀਦ ਹੈ ਕਿ ਲੋਕ ਜਿਹੜਾ ਸਾਥ ਆ ਉਹ ਦੇਣਗੇ, ਅਤੇ ਬਾਕੀ ਲੋਕ ਬੰਦੇ ਦੀ ਸਟੇਬਿਲਟੀ ਵੀ ਦੇਖਦੇ ਆ ਵੀ ਬੰਦਾ ਕਿੰਨਾ ਕੁ ਸਥਿਰ ਹੈ। ਹੁਣ ਜਿਹੜਾ ਬੰਦਾ ਅੱਜ ਕਿਤੇ ਕੱਲ੍ਹ ਕਿਤੇ ਹੈ ਨਾ, ਉਹ ਖਹਿਰਾ ਸਾਹਿਬ ਦਾ ਅੱਜ ਕਾਂਗਰਸ 'ਚ ਆ, ਕੱਲ੍ਹ ਨੂੰ ਇਹ ਨਹੀਂ ਪਤਾ ਵੀ ਕਾਂਗਰਸ 'ਚ ਹੋਣਗੇ ਕਿ ਨਹੀਂ ਹੋਣਗੇ, ਕਿਉਂਕਿ ਜਿੱਦਾਂ ਦੀ ਉਹਨਾਂ ਦੀ ਵਿਚਾਰਧਾਰਾ ਉਹ ਕਾਂਗਰਸ ਦੇ ਜੋ ਆਈਡੀਓਲੋਜੀ ਹੈ ਬਹੁਤ ਨਾਲ ਜਿਹੜੀ ਹੈ ਮੇਲ ਹੈ ਉਹ ਨਹੀਂ ਖਾਂਦੀ। ਸੀਟਾਂ ਨੂੰ ਲੈ ਕੇ ਕਿਤੇ ਨਾ ਕਿਤੇ ਕਲੇਸ਼ ਹੋਣਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਚੱਲ ਰਿਹਾ। ਪਰਮਿੰਦਰ ਸਿੰਘ ਢੀਂਡਸਾ ਨੂੰ ਸੀਟ ਨਹੀਂ ਮਿਲੀ, ਨਾਰਾਜ਼ਗੀ ਹੋ ਗਈ, ਤਾਂ ਹੁਣ ਢੀਂਡਸਾ ਪਰਿਵਾਰ ਕਹਿੰਦੇ ਅਸੀਂ ਸਪੋਰਟ ਨਹੀਂ ਕਰਨੀ, ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡਾ ਕੰਪੀਟੀਸ਼ਨ ਤਾਂ ਲਗਭਗ ਖਤਮ ਹੀ ਹੋ ਰਿਹਾ ਫਿਰ? ਨਹੀਂ, ਇਹ ਦੇਖੋ ਵੈਸੇ ਨਿੱਜੀ ਮਸਲਾ ਹੈ ਅਕਾਲੀ ਦਲ ਦਾ, ਬਟ ਮੈਂ ਜ਼ਰੂਰ ਕਹੂੰਗਾ ਕਿ ਜਿਹੜੀ ਗੱਲ ਦੁਬਾਰਾ ਦੁਬਾਰਾ ਅਕਾਲੀ ਦਲ ਦੇ ਲੀਡਰ ਵੀ ਅੰਦਰ ਕਹਿੰਦੇ, ਅਸੀਂ ਵੀ ਕਹਿੰਦੇ ਸੀ ਕਿ ਇੱਕ ਕੇਵਲ ਪਰਿਵਾਰ ਦੀ ਜਾਂ ਰਿਸ਼ਤੇਦਾਰਾਂ ਦੀ ਪਾਰਟੀ ਹੈ, ਉਹ ਗੱਲ ਤਾਂ ਚਲੋ ਪਹਿਲਾਂ ਹੀ ਪ੍ਰੂਵ ਹੋ ਚੁੱਕੀ ਸੀ, ਪਰ ਹੁਣ ਇਹ ਵੀ ਪ੍ਰੂਵ ਹੋ ਗਈ ਵੀ ਰਿਸ਼ਤੇਦਾਰ ਵੀ ਮੈਨੂੰ ਲੱਗਦਾ ਵੀ ਉਹਨਾਂ ਦੀ ਵੀ ਨਹੀਂ ਚੱਲਦੀ, ਕਿਉਂਕਿ ਜਿਹੜਾ ਮਜੀਠੀਆ ਸਾਹਿਬ ਦਾ ਬਿਆਨ ਆਇਆ ਵੀ ਹਾਂ ਢੀਂਡਸਾ ਸਾਹਿਬ ਨੂੰ ਟਿਕਟ ਦੇ ਦੇਣੀ ਚਾਹੀਦੀ ਸੀ, ਇਟ ਮੀਨਸ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਉਹ ਚੱਲ ਰਹੀ ਹੈ, ਜਾਂ ਫਿਰ ਜਾਣਬੁੱਝ ਕੇ ਸਿਆਸਤ ਕਰਦੇ ਆ ਵੀ ਮਜੀਠੀਆ ਸਾਹਿਬ ਹੱਕ 'ਚ ਵਿਆਹ ਦੇਣਗੇ ਅਤੇ ਕੱਲ੍ਹ ਨੂੰ ਆ ਕੇ ਢੀਂਡਸਾ ਸਾਹਿਬ ਨੂੰ
ਮਿਲਣਗੇ ਵੀ ਭਾਈ ਦੇਖੋ ਮੈਂ ਤਾਂ ਤੁਹਾਡੇ ਨਾਲ ਹਾਂ, ਪਰ ਕੋਈ ਨਹੀਂ ਆਪਾਂ ਹੁਣ ਇਕੱਠੇ ਹੋ ਕੇ ਪਾਰਟੀ ਦੇ ਨਾਲ ਜਿਹੜਾ ਉਹ ਚੱਲੀਏ। ਸੋ ਇਕੱਲੀ ਸਿਆਸਤ ਜਿਹੜੀ ਆ ਹੋ ਰਹੀ ਹੈ, ਪਰ ਅਕਾਲੀ ਦਲ ਦਾ ਜਿਹੜਾ ਪਤਨ ਹੈ ਉਹ ਰੋਜ਼ ਜਾਰੀ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ। ਇਹ ਸੀ ਵੀ 17 'ਚ ਬਹੁਤ ਹੋ ਗਿਆ, ਫਿਰ ਇਹ ਸੀ ਵੀ 22 ਤੱਕ, ਹੁਣ ਤਾਂ ਬਹੁਤ ਡਾਊਨਫਾਲ ਹੋ ਗਿਆ, ਹੁਣ ਰਿਵਾਈਵ ਕਰੂਗਾ, ਪਰ ਅੱਜ ਦੀ ਘੜੀ ਵੀ ਜਾਰੀ ਹੈ। ਅਤੇ ਜਿਹੜੀ ਪਾਰਟੀ ਦੇ ਪਹਿਲਾਂ 3 MLA ਆਏ ਸੀ ਅਤੇ ਪਿਛਲੀ ਵਾਰ 2 MP, ਐਤਕੀ ਕਿਸੇ ਸੀਟ ਤੋਂ ਜ਼ਮਾਨਤ ਵੀ ਜਿਹੜੀ ਹੈ ਮੈਨੂੰ ਲੱਗਦਾ ਨਹੀਂ ਬਚੂਗੀ। ਇਹ ਸਨ ਮੀਤ ਹੇਅਰ, ਸੰਗਰੂਰ ਦੀਆਂ ਮੰਡੀਆਂ ਦਾ ਜਿਹੜਾ ਹੈਗਾ ਦੌਰਾ ਕਰ ਰਹੇ ਨੇ, ਕਿਸਾਨਾਂ ਨੂੰ ਮਿਲ ਰਹੇ ਨੇ, ਕੀ ਕੀ ਮੁਸ਼ਕਿਲਾਂ ਕਿਸਾਨਾਂ ਨੂੰ ਆ ਰਹੀਆਂ ਨੇ ਉਹ ਉਹਨਾਂ ਦੀਆਂ ਸੁਣੀਆਂ ਜਾ ਰਹੀਆਂ ਨੇ। ਅਤੇ ਸਾਫ਼ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉੱਪਰ ਜਿਹੜੇ ਹੈਗੇ ਨੇ ਮੀਤ ਹੇਅਰ ਨੇ ਨਿਸ਼ਾਨੇ ਲਾਏ ਨੇ, ਕਿਉਂਕਿ ਲਹਿਰਾ ਗਾਗਾ ਦੇ ਵਿੱਚ ਕੱਲ੍ਹ ਕਾਂਗਰਸ ਦੇ ਵੱਲੋਂ ਜਿਹੜਾ ਪ੍ਰੋਗਰਾਮ ਅਲੱਗ ਅਲੱਗ ਹੋਏ ਨੇ, ਤਾਂ ਉਹ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਨਿਸ਼ਾਨੇ ਨੇ ਸੰਗਰੂਰ ਦੀਆਂ ਸੀਟਾਂ ਨੂੰ ਲੈ ਕੇ ਵੀ ਜਿਹੜੀ ਹੈਗੀ ਹੈ ਲੜਾਈ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਹੋ ਰਹੀ ਆ, ਉਹ ਮੀਤ ਹੇਅਰ ਦੇ ਵੱਲੋਂ ਉਹਨਾਂ ਦੇ ਉੱਪਰ ਜਿਹੜੇ ਹੈਗੇ ਨੇ ਸਖ਼ਤ ਨਿਸ਼ਾਨੇ ਸਾਧੇ ਗਏ ਨੇ। ਚਰਨਜੀਵ ਕੌਸ਼ਲ, ਸੰਗਰੂਰ ਤੋਂ ਨਿਊਜ਼ 18 ਪੰਜਾਬ।